ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਹਿਬ ਸੰਗਤ ਜੀ, ਜਿਹੜੇ ਵੀ ਬੰਦੇ ਮੈਨੂੰ ਸ੍ਰੀ ਸਾਹਿਬ ਤੋਂ ਐ ਕਹਿੰਦੇ ਆ ਜੀ ਨੇ ਹੁਣੇ ਲਾਤੀ, ਇਹ ਕਰਤਾ ਉਹ ਕਰਤਾ, ਸਾਹ ਸੰਗਤ ਜੀ ਮੈਂ ਹਮੇਸ਼ਾ ਦੋ ਪਾਸੇ ਰੱਖਦਾ ਹਮੇਸ਼ਾ। ਮੇਰੇ ਜਦ ਵੀ ਤੁਸੀਂ ਪਿੰਡਾਂ ਚ ਵੀ ਦੇਖ ਲਿਓ, ਜਿੱਥੇ ਮਰਜ਼ੀ ਦੇਖ ਲਿਓ, ਮੇਰੇ ਦੋ ਸ੍ਰੀ ਸਾਹਿਬ ਹੋਣਗੀਆਂ ਦੋ। ਮੈਂ ਕਦੀ ਵੀ ਇੱਕ ਨੀ ਪਾਉਂਦਾ, ਕਦੀ ਵੀ ਇੱਕ ਨੀ ਪਾਉਂਦਾ। ਕਈ ਵਾਰੀ ਕੁਛ ਹੋ ਜਾਂਦੀ ਹੈ ਗੱਲ ਵੀ ਆਪਾਂ ਤਾਂ, ਇੱਕ ਤਾਂ ਮੇਰੇ ਹਮੇਸ਼ਾ ਹੁੰਦੀ ਆ, ਵੈਸੇ ਤਾਂ ਮੈਂ ਦੋ ਹੀ ਪਾ ਕੇ ਰੱਖਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਸ ਟਾਈਮ ਸਵੇਰ ਦੇ 5:30 ਵੱਜ ਚੁੱਕੇ ਆ। ਸਾਧ ਸੰਗਤ ਜੀ, ਮੈਂ ਦਿੱਲੀ ਚੋਣ ਕਮਿਸ਼ਨ ਨੂੰ ਕੀ ਕਰਦਾ ਬੇਨਤੀ ਕਰਦਾ, ਇਸ ਤੋਂ ਪਹਿਲਾਂ ਵੀ ਮੈਂ ਹੁਣੇ 2 ਮਿੰਟ ਪਹਿਲਾਂ ਵੀਡੀਓ ਪਾਈ ਹੈ ਮਹਿੰਦਰਾ ਕਾਲਜ ਦੇ ਸਟਰੋਂਗ ਰੂਮ ਦੀ, ਜਿੱਥੇ ਮਸ਼ੀਨਾਂ ਜਮਾ ਹੋਣੀਆਂ ਸੀ, ਹਲੇ ਤੱਕ ਮਸ਼ੀਨਾਂ ਉੱਥੇ ਨਹੀਂ ਪਹੁੰਚੀਆਂ ਤੇ ਇਸ ਗੱਲ ਦੀ ਜਾਂਚ ਕੀਤੀ ਜਾਵੇ ਕਿ ਸਾਰੀ ਰਾਤ ਮਸ਼ੀਨਾਂ ਕਿੱਥੇ ਸੀ ਤੇ ਕਿਉਂ ਨਹੀਂ ਆਈਆਂ ਮਸ਼ੀਨਾਂ ਕਾਲਜ ਦੇ ਵਿੱਚ, ਕਿਉਂਕਿ ਕੱਲ ਨੂੰ ਮਾਹੌਲ ਖਰਾਬ ਹੁੰਦਾ ਹੈ, ਮਸ਼ੀਨਾਂ ਸਾਰੀ ਰਾਤ ਬਾਹਰ ਰਹੀਆਂ, ਕੱਲ ਨੂੰ ਕੋਈ ਐਸੀ ਵੈਸੀ ਗੱਲ ਸਾਹਮਣੇ ਆਉਂਦੀ ਹੈ ਤਾਂ ਪ੍ਰਸ਼ਾਸਨ ਖੁਦ ਜ਼ਿੰਮੇਵਾਰ ਹੋਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵੋਟਾਂ ਦਾ ਸਮਾਂ ਖਤਮ ਹੋ ਚੁੱਕਿਆ ਅਤੇ ਇਸ ਸਮੇਂ ਲੋਕ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਨੇ। ਉੱਥੇ ਹੀ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਲਈ ਇੱਕ ਨੌਜਵਾਨ ਵੱਲੋਂ ਕੁਝ ਅਜਿਹਾ ਕੀਤਾ ਗਿਆ ਕਿ ਜਿਸ ਦੇ ਸਾਰੇ ਪਾਸੇ ਚਰਚੇ ਹੋ ਗਏ ਅਤੇ ਇੱਕ ਅਜਿਹਾ ਦੋਸ਼ ਭਾਈ ਸਰਬਜੀਤ ਸਿੰਘ ਖਾਲਸਾ 'ਤੇ ਲੱਗਿਆ ਜਿਸ ਦੀ ਸਫਾਈ ਉਹਨਾਂ ਨੂੰ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਕੇ ਦੇਣੀ ਪਈ। ਪੂਰੀ ਵੀਡੀਓ ਤੁਹਾਡੇ ਸਾਹਮਣੇ ਰੱਖਦੇ ਇਸ ਮਾਮਲੇ ਬਾਰੇ ਤੁਹਾਡੇ ਕੀ ਵਿਚਾਰ ਨੇ ਜ਼ਰੂਰ ਕਮੈਂਟ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਹਿਬ ਸੰਗਤ ਜੀ, ਜਿਹੜੇ ਵੀ ਬੰਦੇ ਮੈਨੂੰ ਸ੍ਰੀ ਸਾਹਿਬ ਤੋਂ ਐ ਕਹਿੰਦੇ ਆ ਜੀ ਨੇ ਹੁਣੇ ਲਾਤੀ, ਇਹ ਕਰਤਾ ਉਹ ਕਰਤਾ, ਸਾਹਿਬ ਸੰਗਤ ਜੀ ਮੈਂ ਹਮੇਸ਼ਾ ਦੋ ਪਾਸੇ ਰੱਖਦਾ ਹਮੇਸ਼ਾ। ਮੇਰੇ ਜਦ ਵੀ ਤੁਸੀਂ ਪਿੰਡਾਂ ਚ ਵੀ ਦੇਖ ਲਿਓ, ਜਿੱਥੇ ਮਰਜ਼ੀ ਦੇਖ ਲਿਓ, ਮੇਰੇ ਦੋ ਸ੍ਰੀ ਸਾਹਿਬ ਹੋਣਗੀਆਂ ਦੋ। ਮੈਂ ਕਦੀ ਵੀ ਇੱਕ ਨੀ ਪਾਉਂਦਾ, ਕਦੀ ਵੀ ਇੱਕ ਨੀ ਪਾਉਂਦਾ। ਕਈ ਵਾਰੀ ਕੁਛ ਹੋ ਜਾਂਦੀ ਹੈ ਗੱਲ ਵੀ ਆਪਾਂ ਤਾਂ, ਇੱਕ ਤਾਂ ਮੇਰੇ ਹਮੇਸ਼ਾ ਹੁੰਦੀ ਆ, ਵੈਸੇ ਤਾਂ ਮੈਂ ਦੋ ਹੀ ਪਾ ਕੇ ਰੱਖਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਇਸ ਟਾਈਮ ਸਵੇਰ ਦੇ 5:30 ਵੱਜ ਚੁੱਕੇ ਆ। ਸਾਧ ਸੰਗਤ ਜੀ, ਮੈਂ ਦਿੱਲੀ ਚੋਣ ਕਮਿਸ਼ਨ ਨੂੰ ਕੀ ਕਰਦਾ ਬੇਨਤੀ ਕਰਦਾ, ਇਸ ਤੋਂ ਪਹਿਲਾਂ ਵੀ ਮੈਂ ਹੁਣੇ 2 ਮਿੰਟ ਪਹਿਲਾਂ ਵੀਡੀਓ ਪਾਈ ਹੈ ਮਹਿੰਦਰਾ ਕਾਲਜ ਦੇ ਸਟਰੋਂਗ ਰੂਮ ਦੀ, ਜਿੱਥੇ ਮਸ਼ੀਨਾਂ ਜਮਾ ਹੋਣੀਆਂ ਸੀ, ਹਲੇ ਤੱਕ ਮਸ਼ੀਨਾਂ ਉੱਥੇ ਨਹੀਂ ਪਹੁੰਚੀਆਂ ਤੇ ਇਸ ਗੱਲ ਦੀ ਜਾਂਚ ਕੀਤੀ ਜਾਵੇ ਕਿ ਸਾਰੀ ਰਾਤ ਮਸ਼ੀਨਾਂ ਕਿੱਥੇ ਸੀ ਤੇ ਕਿਉਂ ਨਹੀਂ ਆਈਆਂ ਮਸ਼ੀਨਾਂ ਕਾਲਜ ਦੇ ਵਿੱਚ, ਕਿਉਂਕਿ
ਕੱਲ ਨੂੰ ਮਾਹੌਲ ਖਰਾਬ ਹੁੰਦਾ ਹੈ, ਮਸ਼ੀਨਾਂ ਸਾਰੀ ਰਾਤ ਬਾਹਰ ਰਹੀਆਂ, ਕੱਲ ਨੂੰ ਕੋਈ ਐਸੀ ਗੱਲ ਸਾਹਮਣੇ ਆਉਂਦੀ ਹੈ ਤਾਂ ਪ੍ਰਸ਼ਾਸਨ ਖੁਦ ਜ਼ਿੰਮੇਵਾਰ ਹੋਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਜੋੜਾ ਲਾਤਾ ਆ, ਪੋਤਨ ਜੋੜਾ ਪਾਉਣਾ, ਜਿੱਦਣ ਭਾਈ ਅਮਰਪਾਲ ਸਿੰਘ ਜੀ ਬਾਹਰ ਆਉਣਗੇ।